ਦੋਸਤੋ ਇੱਕ ਇਸ ਵੇਲੇ ਖਾਸ ਵੱਡੀ ਖਬਰ ਦਾ ਰੁਖ ਕਰ ਲੈਨੇ ਆਂ ਖਬਰ ਜੁੜੀ ਹੋਈ ਹੈ ਜੀ ਅਮਰਤਪਾਲ ਸਿੰਘ ਹੋਰਾਂ ਦੇ ਨਾਲ ਜਿੱਥੇ ਕਿ ਅਮਰਤਪਾਲ ਸਿੰਘ ਸਿੱਧੂ ਮੂਸੇਵਾਲੇ ਦੇ ਮਾਪਿਆਂ ਨੂੰ ਇਨਸਾਫ ਦਿਵਾਉਣ ਦੀ ਗੱਲ ਕਰ ਚੁੱਕੇ ਨੇ ਅਮਰਤਪਾਲ ਸਿੰਘ ਦਾ ਮੰਨਣਾ ਹੈ ਕਿ ਸਿੱਧੂ ਦੇ ਮਾਪਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਜਦਕਿ ਇਹ ਬਹੁਤ ਹੀ ਜ਼ਰੂਰੀ ਹੈ ਜਦਕਿ ਅਮਰਤਪਾਲ ਸਿੰਘ ਦੇ ਜਿਹੜੇ ਵਿਚਾਰ ਨੇ ਉਹ ਸਿੱਧੂ ਮੂਸੇਵਾਲੇ ਦੇ ਹੱਕ ਦੇ ਵਿੱਚ ਨੇ ਤੇ ਸਿੱਧੂ ਨੂੰ ਇਨਸਾਫ ਦਿਵਾਉਣ ਦੀ ਗੱਲ ਕਰ ਰਹੇ ਨੇ ਅਮਰਿਤਪਾਲ ਸਿੰਘ ਦਾ ਮੰਨਣਾ ਹੈ ਕਿ ਸਿੱਧੂ ਮੂਸੇਵਾਲੇ ਦਾ ਜੋ ਕਤਲ ਹੋਇਆ ਸੀ ਉਸ ਦੇ ਕਤਲ ਦੇ ਵਿੱਚ ਵੱਡੀਆਂ ਸਾਜ਼ਿਸ਼ਾਂ ਰਹੀਆਂ ਨੇ ਹਾਲਾਂਕਿ ਪੰਜਾਬ ਦੇ ਵਿੱਚ ਅਜਿਹਾ ਹੋਇਆ ਤੇ ਜੋ ਬਹੁਤ ਹੀ ਮੰਦ ਭਾਗਾ ਹੋਇਆ ਜਿਸ ਦੀ ਜਿਹੜੀ ਹੈ ਨਿੰਦਿਆ ਕਰਨੀ ਜ਼ਰੂਰ ਬਣਦੀ ਹੈ ਜਿੱਥੇ ਕਿ ਸਿੱਧੂ ਮੂਸੇਵਾਲੇ ਦੀ ਗੱਲ ਕਰ ਲੈਨੇ ਆ ਸਿੱਧੂ ਮੂਸੇਵਾਲਾ ਜਿੱਥੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਕੰਮ ਕਰ ਰਹੇ ਸਨ ਜਿੱਥੇ ਕਿ ਇੰਨਾ ਵੱਡਾ ਨੌ ਸੀ ਤੇ ਕੁਝ ਹੋਰ ਵੀ ਲੋਕ ਨੇ ਜਿਨ੍ਹਾਂ ਦੀ ਇਸ ਤਰ੍ਹਾਂ ਹੱਤਿਆ ਹੋਈ ਹੈ ਦੂਜੇ ਪਾਸੇ ਗੱਲ ਕਰਾਂਗੇ ਪੰਜਾਬੀ ਗਾਇਕ ਕਰਨ ਔਦਲਾ ਇੰਨੀ ਦਿਨੀ ਜਿਹੜੀ ਐ ਫੋਰਨ ਦੇ ਟੂਰ ਤੇ ਚੱਲ ਰਹੇ ਨੇ ਤੇ ਆਪਣੇ ਸ਼ੋਅ ਲਾ ਰਹੇ ਨੇ ਜਿੱਥੇ ਕਿ ਪਰਥ ਵਿਕੇ ਬੀਤੇ ਦਿਨੀ ਕਰਨ ਔਦਲਾ ਦਾ ਸ਼ੋਅ ਰਹਾਏ ਇਸ ਦੌਰਾਨ ਕਰਨ ਔਦਲਾ ਨੇ ਸਿੱਧੂ ਮੂਸੇਵਾਲੇ ਨੂੰ ਸ਼ਰਧਾਂਜਲੀ ਦਿੱਤੀ ਕਰਨ ਔਦਲਾ ਦੇ ਲਾਈਵ ਸ਼ੋਅ ਤੋਂ ਇੱਕ ਤਸਵੀਰ ਤੇ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਸਿੱਧੂ ਮੂਸੇਵਾਲਾ, ਦੀਪ ਸਿੱਧੂ, ਤੇਜ ਸੰਦੀਪ, ਨੰਗਲ ਅੰਬੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਤਸਵੀਰ ਸਕਰੀਨ ਤੇ ਲਗਾਈ ਗਈ ਸੀ। ਇਸ ਤਸਵੀਰ ਦੇ ਨਾਲ ਲਿਖਿਆ ਸੀ ਰੈਸਟ ਇਨ ਪੀਸ 브ਦਰਜ਼ ਜਾਨੀ ਭਰਾਵਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਕਰਨ ਔਜਲਾ ਨੂੰ ਡੂੰਘਾ ਸਦਮਾ ਲੱਗਾ ਸੀ। ਕਰਨ ਔਜਲਾ ਨੇ ਆਪਣੇ ਗੀਤ ਗੇਮ ਓਵਰ ਵਿੱਚ ਇਸ ਦੇ ਚਲਦੇ ਆ ਮੁੱਲਤ ਵੀ ਕਰ ਦਿੱਤਾ ਸੀ। ਆਪਣੀਆਂ ਪੋਸਟਾਂ ਰਾਹੀਂ ਕਰਨ ਔਜਲਾ ਨੇ ਸਿੱਧੂ ਮੂਸੇਵਾਲੇ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਸੀ ਹਾਲਾਂਕਿ ਇਹ ਸਾਰੀਆਂ ਚੀਜ਼ਾਂ ਵੇਖਣ ਨੂੰ ਮਿਲੀਆਂ ਨੇ ਹੁਣ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਸਿੱਧੂ ਮੂਸੇਵਾਲੇ ਨੂੰ ਜਿਵੇਂ ਕਿ ਲੋਕ ਕੁਝ ਗੱਲਾਂ ਕਰ ਰਹੇ ਨੇ ਸਿੱਧੂ ਮੂਸੇਵਾਲੇ ਤੇ ਗੀਤਕਾਰ ਸ਼੍ਰੀ ਬਰਾੜ ਦਾ ਗੀਤ ਨੈਵਰ ਡਾਈ ਜਿਹੜਾ ਕਿ ਬੀਚੇ ਮਹੀਨਿਆਂ ਦੇ ਵਿੱਚ ਰਿਲੀਜ਼ ਹੋਇਆ ਸੀ ਇਸ ਗੀਤ ਨੂੰ ਬਰਾੜ ਨੇ ਸਿੱਧੂ ਮੂਸੇਵਾਲੇ ਨੂੰ ਸਮਰਪਿਤ ਕੀਤਾ ਸੀ ਨਾਲ ਹੀ ਦੀਪ ਸਿੱਧੂ ਦਾ ਵੀ ਗੀਤ ਦਾ ਜ਼ਿਕਰ ਕੀਤਾ ਸੀ ਦੱਸਦੀ ਹੈ ਕਿ ਗੀਤ ਸ਼੍ਰੀ ਬਰਾੜ ਨੇ ਸਰਕਾਰ ਨੂੰ ਖਰੀਆਂ-ਖਰੀਆਂ ਸੁਣਾਈਆਂ ਬਹੁਤ ਸਾਰੇ ਅਜਿਹੇ ਮੁੱਦੇ ਨੇ ਜਿਨ੍ਹਾਂ ਨੂੰ ਸ਼੍ਰੀ ਬਰਾੜ ਨੇ ਚੁੱਕਿਆ ਸੀ ਗੀਤ ਦੇ ਵਿੱਚ ਸ਼੍ਰੀ ਬਰਾੜ ਨੇ ਗੈਂਗਸਟਰਾਂ ਦੀ ਗੱਲ ਕੀਤੀ ਰਾਜਨੀਤਿਕ ਫਾਇਦਿਆਂ ਦੀ ਗੱਲ ਕੀਤੀ ਤੇ ਸ਼ਰਾਬ ਦੀ ਵੀ ਗੱਲ ਕੀਤੀ ਸੀ ਗੀਤ ਦੀ ਵੀਡੀਓ ਵੱਖ-ਵੱਖ ਸ਼ਾਰਟ ਕਲਿੱਪਸ ਤੋਂ ਲਈ ਗਈ ਹੈ। ਸ਼੍ਰੀ ਬਰਾੜ ਨੇ ਇਸ ਗੀਤ ਨੂੰ ਆਪਣੇ YouTube ਚੈਨਲ ਤੇ ਰਿਲੀਜ਼ ਕੀਤਾ ਸੀ। ਹੁਣ ਤੱਕ ਇਸ ਨੂੰ ਜਿਹੜੇ ਨੇ ਮਿਲੀਅਨ ਦੇ ਵਿੱਚ ਵਿਊ ਮਿਲ ਚੁੱਕੇ ਨੇ। ਹਾਲਾਂਕਿ ਦੀਪ ਸਿੱਧੂ ਤੇ ਸਿੱਧੂ ਮੂਸੇਵਾਲੇ ਦੀ ਗੱਲ ਜਿਹੜੀ ਹੈ ਉਹ ਕੀਤੀ ਗਈ ਹੈ। ਹੁਣ ਜੇ ਗੱਲ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਤੇ ਇਹ ਕਿਹੋ ਜਿਹਾ ਮਾਹੌਲ ਬਣ ਰਿਹਾ ਏ। ਜਿੱਥੇ ਕੋਈ ਨਾ ਕੋਈ ਇਨਸਾਨੀਅਤ ਨਾ ਕੋਈ ਇਨਸਾਨ ਨਾ ਕੋਈ ਸਿਧਾਂਤ ਨਾ ਕੋਈ ਕਿਰਦਾਰ ਹੁਣ ਤਾਂ ਇੱਥੇ ਜ਼ਿੰਦਗੀ ਜਿਉਣ ਦੀ ਨਹੀਂ ਜ਼ਿੰਦਗੀ ਖੋਣ ਦੀ ਹਫੜਾ ਦਫੜੀ ਮਰਚੀ ਹੋਈ ਹੈ ਪੰਜਾਬੀ ਦਾ ਇੱਕ ਵਧੀਆ اخلاق ਵਾਲੇ ਜਾਣੇ ਜਾਂਦੇ ਸਨ ਪਰ ਕਿੱਥੇ ਚਲੇ ਗਏ ਸਾਡੇ ਗੁਰੂਆਂ ਪੀਰਾਂ ਵੱਲੋਂ ਸਾਨੂੰ ਦੱਸੀ ਨਿਮਰਤਾ ਸੱਚਾਈ ਵੱਡਿਆਂ ਦੀ ਵਡਿਆਈ ਦਸਾਂ ਨੋਹਾਂ ਦੀ ਕਿਰਤ ਵੰਡ ਕੇ ਛਕੋ ਨਾਮ ਜਪੋ ਦੀ ਧਾਰਨਾ ਜੋ ਕਿ ਹੋਕਾ ਗੁਰੂਆਂ ਵੱਲੋਂ ਦਿੱਤਾ ਗਿਆ ਸੀ ਅੱਜ ਪੰਜਾਬ ਵਸਦੇ ਪੰਜਾਬੀਆਂ ਦੇ ਪੱਲੇ ਕੀ ਹੈ ਹਥਿਆਰ ਗੁਨਾਹ ਤਵਾਹੀ ਪਹਾੜੇ ਦੇ ਕਾਤਲ ਦੁਨੀਆ ਭਰ ਦੇ ਨਸ਼ੇ ਇੱਥੇ ਫੇਲ ਹੋਿਆਂ ਨੂੰ ਮਖੌਲ ਨੇ ਕਾਮਯਾਬ ਨੂੰ ਪਿਸਤੌਲ ਨੇ ਦਿਨ ਦਿਹਾੜੇ ਕਤਲ ਪੰਜਾਬ ਦੇ ਵਿੱਚ ਚੱਲ ਰਹੀ ਸਿਆਸੀ ਸੌੜੀ ਸਿਆਸਤ ਨੇ ਪੰਜਾਬ ਨੂੰ ਰੜੇ ਮੈਦਾਨਾਂ ਦੀ ਕਤਲਗਾ ਬਣਾ ਦਿੱਤਾ ਏ ਇਸੇ ਕਰਕੇ ਕੋਈ ਸਿਆਣਾ ਬੰਦਾ ਪੜਿਆ ਲਿਖਿਆ ਬੰਦਾ ਅਗਾ ਵਧੂ ਸੋਚ ਰੱਖਣ ਵਾਲਾ ਬੰਦਾ ਸਿਆਸਤ ਦੇ ਵਿੱਚ ਆਉਣ ਨੂੰ ਤਿਆਰ ਨਹੀਂ ਹੈ ਬੀਤੇ ਦਿਨੀ ਉੱਗੇ ਗਾਇਕ ਸ਼ੋਭਦੀਪ ਸਿੰਘ ਸਿੱਧੂ ਮੂਸੇਵਾਲਾ ਉਰਫ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ ਦਿਨ ਦਿਹਾੜੇ ਗੋਲੀਆਂ ਮਾਰ ਦਿੱਤੀਆਂ ਗਈਆਂ ਸੀ ਸਿੱਧੂ ਮੂਸੇਵਾਲੇ ਦੇ ਕਤਲ ਹੋਣ ਦੀ ਖਬਰ ਜਿਹੜੀ ਹੈ ਪੂਰੀ ਦੁਨੀਆ ਦੇ ਵਿੱਚ ਫੈਲ ਗਈ ਸੀ ਜਿਸ ਨੇ ਬਹੁਤ ਸਾਰਾ ਜਿਵੇਂ ਕਿ ਇੱਕ ਹੈਰਾਨ ਕਰਨ ਵਾਲਾ ਦ੍ਰਿਸ਼ ਹੋਇਆ ਸੀ ਜਿਸ ਤੇ ਕਿ ਪੰਜਾਬ ਵਸਦੇ ਉਸ ਦੇ ਪ੍ਰਸ਼ੰਸਕ ਬੱਚਿਆਂ ਤੇ ਨੌਜਵਾਨਾਂ ਦੇ ਵਿੱਚ ਖਾਮੋਸ਼ੀ ਦਾ ਸਨਾਂਟਾ ਆ ਗਿਆ ਸੀ ਜਿਤੇ ਕਿ ਬਸ ਉਹੀ ਪੰਜ-ਛੇ ਦਿਨ ਕਾਤਲਾਂ ਨੂੰ ਫੜਨ ਦਾ ਇਨਸਾਫ ਲੈਣ ਦਾ ਰਾਮ ਰੌਲਾ ਪਿਆ ਰਿਹਾ ਫਿਰ ਉਹੀ ਪਹਿਲਾਂ ਵਾਲੀ ਕਹਾਣੀ ਚੱਲ ਚੱਲ ਗਈ ਕਿਉਂਕਿ ਇੱਥੇ ਤਾਂ 1984 ਸਿੱਖ ਕਤਲੇਆਮ ਦਾ ਇਨਸਾਫ ਵੀ ਨਹੀਂ ਮਿਲਿਆ ਏ ਇਹਨਾਂ ਕਤਲਾਂ ਦਾ ਤਾਂ ਇਨਸਾਫ ਸਾਨੂੰ ਮਿਲਣਾ ਹੀ ਕੀ ਹੈ ਇਸ ਤੋਂ ਪਹਿਲਾਂ ਵੀ ਕਬੱਡੀ ਦੇ 스타 ਖਿਡਾਰੀ ਸੰਦੀਪ ਨੰਗਲੰਬੀਆਂ ਦਾ ਖੇਡ ਮੈਦਾਨ ਦੇ ਵਿੱਚ ਦਿਨ ਦਿਹਾੜੇ ਕਤਲ ਹੋਇਆ ਸੀ ਸਿਆਸਤ ਵੱਲ ਨੂੰ ਉੱਬਰਦਾ ਸਿੱਖ ਨੌਜਵਾਨ ਸਟੇਜ ਤੇ ਬੋਲਣ ਦਾ ਧਨੀ ਫਿਲਮ ਕਲਾਕਾਰ ਸੰਦੀਪ ਸਿੰਘ ਉਰਫ ਦੀਪ ਸਿੱਧੂ ਦੀ ਮੌਤ ਦਾ ਰਹੱਸ ਕਤਲ ਨਾਲੋਂ ਵੀ ਗੁੱਝਾ ਬਣਿਆ ਹੋਇਆ ਹੈ ਇਹ ਤਿੰਨੇ ਨੌਜਵਾਨ ਆਪੋ ਆਪਣੇ ਖੇਤਰਾਂ ਦੇ ਪ੍ਰਮੁੱਖ ਹੀਰੋ ਸੇ ਅਤੇ ਵੱਡੇ ਪੱਦਰ ਤੇ ਨੌਜਵਾਨੀ ਇਹਨਾਂ ਦੀ دیਵਾਨੀ ਬਣੀ ਹੋਈ ਸੀ ਪੰਜਾਬ ਚ ਹਰ ਰੋਜ਼ ਜਵਾਨੀ ਕੋਈ ਕਤਲਾਂ ਦੀ ਭੇਟ ਕੋਈ ਨਸ਼ਿਆਂ ਦੀ ਭੇਟ ਕੋਈ ਹਾਦਸਿਆਂ ਦੀ ਭੇਟ ਕੋਈ ਆਪਸੀ ਜਿਵੇਂ ਕਿ ਧੜੇਬੰਦੀ ਜਾਂ ਦੁਸ਼ਮਣੀ ਦੀ ਭੇਟ ਚੜ ਰਹੀ ਹੈ ਇੰਟੈਲੀਜੈਂਸ ਬੱਚੇ ਦਿਨੋਂ ਦਿਨ ਵਿਦੇਸ਼ਾਂ ਨੂੰ ਕੋਚ ਕਰੀ ਜਾਂਦੇ ਨੇ ਜਿਵੇਂ ਕਿ ਇੰਟੈਲੀਜੈਂਟ ਬੱਚੇ ਵਿਦੇਸ਼ਾਂ ਨੂੰ ਜਾ ਰਹੇ ਨੇ ਪੰਜਾਬ ਦੇ ਵਿੱਚ ਕੋਈ ਰਹਿ ਕੇ ਰਾਜੀ ਨਹੀਂ ਹੈ ਪੰਜਾਬੀਓ ਆਪ ਦੱਸੋ ਪੰਜਾਬ ਬਚੇਗਾ ਕਿਵੇਂ ਸਿੱਧੂ ਮੂਸੇਵਾਲੇ ਦਾ ਕਸੂਰ ਸਿਰਫ ਇਹ ਸੀ ਕਿ ਉਹ ਆਪਣੀ ਜਵਾਨੀ 'ਚ ਮਸਤ ਸੀ ਚੋਟੀ ਦਾ ਗਾਇਕ ਸੀ ਬੱਚੇ ਤੇ ਨੌਜਵਾਨ ਉਸਦੇ ਵੱਡੇ ਪੱਧਰ ਤੇ ਫੈਨ ਸਨ ਸੁਭਾ ਦਾ ਅੜੀਅਲ ਸੀ ਆਪਣੀ ਕਲਾਕਾਰੀ ਨਾਲ ਮੋਟਾ ਪੈਸਾ ਕਮਾਉਂਦਾ ਸੀ ਜੱਟਵਾਦ ਉਸਤੇ ਭਾਰੂ ਸੀ ਦੁਨੀਆ 'ਚ ਉਸ ਦੀ ਚਰਤ ਸੀ ਜਿੱਥੇ ਕਿ ਇਹਨ ਕਿਸੇ ਦੀ ਉਹ ਮੰਨਦਾ ਨਹੀਂ ਸੀ ਤੇ ਕਿਸੇ ਕਰਕੇ ਉਸਤੇ ਵਿਰੋਧੀਆਂ ਤੋਂ ਉਸਦਾ ਇਹ ਸਭ ਕੁਝ ਬਰਦਾਸ਼ਤ ਨਹੀਂ ਹੋਇਆ ਤੇ ਉਸਦਾ ਦਿਨ ਦਿਹਾੜੇ ਕਤਲ ਹੋ ਜਾਂਦਾ ਹੈ ਸਿਕਿਉਰਿਟੀ ਦਾ ਨਾ ਹੋਣਾ ਉਸਤੇ ਕਤਲ ਦਾ ਇੱਕ ਬਹਾਨਾ ਬਣ ਗਿਆ ਪਰ ਇੰਨਾ ਕਤਲਾਂ ਲਈ ਭਾਵੇਂ ਸਿੱਧੂ ਮੂਸੇਵਾਲੇ ਦਾ ਕਤਲ ਹੋਵੇ ਭਾਵੇਂ ਨੰਗਲ ਅੰਬੀਆਂ ਦਾ ਕਤਲ ਹੋਵੇ ਜਾਂ ਫਿਰ ਦੀਪ ਸਿੱਧੂ ਦਾ ਹੋਵੇ ਜ਼ਿੰਮੇਵਾਰ ਸਾਡਾ ਸਿਆਸੀ ਕਰਪਟ ਸਿਸਟਮ ਹੀ ਹੈ ਜੋ ਪੰਜਾਬ ਦੀ ਜਵਾਨੀ ਦੀ ਸਾਰ ਨਹੀਂ ਲੈ ਰਿਹਾ ਏ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਦੇ ਰਿਹਾ ਪੰਜਾਬ ਦੇ ਨੌਜਵਾਨਾਂ ਨੂੰ ਸਿੱਧੇ ਰਸਤੇ ਪਾਉਣ ਦੀ ਬਜਾਏ ਕੁਰਾਹੇ ਪਾ ਰਿਹਾ ਏ ਜੇਲ੍ਹਾਂ ਚ ਵਿੱਚ ਗੈਂਗਸਟਰ ਸਿਸਟਮ ਸਿਆਸਦ ਦੀ ਆੜ ਹੇਠ ਕਾਇਮ ਹੋ ਰਿਹਾ ਏ ਗੱਲਾਂ ਹੋ ਰਹੀਆਂ ਨੇ ਕਿ ਪੰਜਾਬ ਨੂੰ ਬਚਾਉਣ ਦੀਆਂ ਪਰ ਉਹ ਪੰਜਾਬ ਜਿੱਥੇ ਕਬੱਡੀ ਖੇਡ ਦੇ ਵੀ ਫੈਸਲੇ ਜੇਲ੍ਹਾਂ ਦੇ ਵਿੱਚ ਬੈਠਿਆਂ ਹੋਣ ਇੱਥੇ ਨਾਮੀ ਲੋਕਾਂ ਦੇ ਕਤਲਾਂ ਦੀਆਂ ਸਕੀਮਾਂ ਜੇਲ੍ਹਾਂ 'ਚ ਘੜੀਆਂ ਜਾਣ ਜਿੱਥੇ ਪੰਜਾਬ ਦੀ ਸਿਆਸਤ ਦੇ ਫੈਸਲੇ ਜੇਲ੍ਹਾਂ 'ਚ ਬੈਠੇ ਸਿਆਸੀ ਆਕਾ ਕਰਦੇ ਹੋਣ ਇਹ ਜਿਹੜਾ ਵਕਤ ਹੈ ਬਹੁਤ ਹੀ ਮੁਸ਼ਕਲ ਵਕਤ ਹੈ ਜਿੱਤੇ ਕਿ ਕਤਲ ਕਰਨਾ ਕਿਸੇ ਮਸਲੇ ਦਾ ਹੱਲ ਨਹੀਂ ਹੈ ਜੇ ਕੋਈ ਮਸਲਾ ਹੈ ਤਾਂ ਉਸ ਨੂੰ ਬੈਠ ਕੇ ਸੁਲਝਾ ਲਵੋ ਮਾਵਾਂ ਦੇ ਪੁੱਤ ਨਾ ਮਾਰੋ ਅਕਲ ਨੂੰ ਹੱਥ ਮਾਰੋ ਪੁੱਤਰਾਂ ਤੋਂ ਵਾਂਝੀਆਂ ਹੋਈਆਂ ਮਾਵਾਂ ਦੀਆਂ ਬਾਦੋਆਮਾਂ ਸਾਰਿਆਂ ਨੂੰ ਲੈ ਡੁੱਬਣਗੀਆਂ ਕਿਉਂਕਿ ਉਜੜ ਉਹ ਵੀ ਜਾਣਦੇ ਨੇ ਜਿਹੜੇ ਕਿਸ ਦਾ ਵਸਦਾ ਕਰ ਉਜਾੜਦੇ ਨੇ ਪਰਮਾਤਮਾ ਸਾਨੂੰ ਸਾਰਿਆਂ ਨੂੰ ਸਮਤ ਦੇਵੇ ਹਸਦੇ ਵਸਦੇ ਪੰਜਾਬ ਦਾ ਰੱਬ ਰਾਖਾ ਤੇ ਜਿੱਥੇ ਕਿ ਅੱਜ ਇਹ ਗੱਲਾਂ ਕੀ ਦਿੱਤੀਆਂ ਜਾ ਰਹੀਆਂ ਨੇ ਸੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ